ਸਤਿ ਸ਼੍ਰੀ ਅਕਾਲ ਕਿਸਾਨ ਵੀਰੋ, ਸਵਾਗਤ ਹੈ ਤਾਜ਼ਾ ਮੰਡੀ ਭਾਅ ਯੂਟਿਊਬ ਚੈਨਲ ਅਤੇ ਫੇਸਬੁੱਕ ਪੇਜ 'ਤੇ। ਹਾਜ਼ਰ ਹੋਏ ਹਾਂ ਮੰਡੀਆਂ ਦੇ ਨਵੇਂ ਰੇਟ ਲੈ ਕੇ। ਆਓ ਦੇਖਦੇ ਹਾਂ ਕੀ ਰੇਟ ਵੱਖ ਵੱਖ ਮੰਡੀਆਂ ਦੇ ਵਿੱਚ ਨਰਮਾ ਕਪਾਹ ਅਤੇ ਬਾਸਮਤੀ ਦੇ ਚੱਲ ਰਹੇ ਹੈ। ਹਨੂੰਮਾਨਗੜ੍ਹ ਮੰਡੀ ਦੇ ਵਿੱਚ ਨਰਮਾ 9800 ਰੁਪਏ ਤੋਂ ਲੈ ਕੇ 10,286 ਰੁਪਏ ਕੁਇੰਟਲ ਵਿਕਿਆ, ਅਤੇ ਗਵਾਰੇ ਦਾ ਰੇਟ 5000 ਰੁਪਏ ਤੋਂ ਲੈ ਕੇ 5850 ਰੁਪਏ ਕੁਇੰਟਲ ਰਿਹਾ। ਸੰਗਰੀਆ ਮੰਡੀ ਦੇ ਵਿੱਚ ਨਰਮਾ 10,260 ਰੁਪਏ ਤੋਂ ਲੈ ਕੇ 10,171 ਰੁਪਏ ਕੁਇੰਟਲ ਵਿਕਿਆ, ਅਤੇ ਗਵਾਰੇ ਦਾ ਰੇਟ 5100 ਰੁਪਏ ਤੋਂ ਲੈ ਕੇ 6900 ਰੁਪਏ ਕੁਇੰਟਲ ਰਿਹਾ। ਕੈਥਲ ਮੰਡੀ ਦੇ ਵਿੱਚ ਬਾਸਮਤੀ 11-21 3600 ਰੁਪਏ ਤੋਂ ਲੈ ਕੇ 4025 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3550 ਰੁਪਏ ਤੋਂ ਲੈ ਕੇ 4015 ਰੁਪਏ ਕੁਇੰਟਲ ਰਿਹਾ। 30 ਨੰਬਰ ਬਾਸਮਤੀ 3570 ਰੁਪਏ ਕੁਇੰਟਲ ਵਿਕਿਆ। ਫਤਿਹਾਬਾਦ ਮੰਡੀ ਦੇ ਵਿੱਚ ਨਰਮਾ 6000 ਰੁਪਏ ਤੋਂ ਲੈ ਕੇ 9550 ਰੁਪਏ ਕੁਇੰਟਲ ਵਿਕਿਆ, ਅਤੇ ਕਪਾਹ ਦਾ ਰੇਟ 7400 ਰੁਪਏ ਤੋਂ ਲੈ ਕੇ 7700 ਰੁਪਏ ਕੁਇੰਟਲ ਰਿਹਾ। ਬਾਸਮਤੀ 11-21 3985 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3790 ਰੁਪਏ ਕੁਇੰਟਲ ਰਿਹਾ। 1500 3250 ਰੁਪਏ ਕੁਇੰਟਲ ਵਿਕਿਆ, ਅਤੇ ਮੁੱਛਲ 1401 ਦਾ ਰੇਟ 3830 ਰੁਪਏ ਕੁਇੰਟਲ ਰਿਹਾ। PB1 3710 ਰੁਪਏ ਕੁਇੰਟਲ ਵਿਕਿਆ। ਆਦਮਪੁਰ ਮੰਡੀ ਦੇ ਵਿੱਚ ਨਰਮਾ 9000 ਰੁਪਏ ਤੋਂ ਲੈ ਕੇ 9500 ਰੁਪਏ ਕੁਇੰਟਲ ਵਿਕਿਆ, ਅਤੇ ਗਵਾਰੇ ਦਾ ਰੇਟ 5000 ਰੁਪਏ ਤੋਂ ਲੈ ਕੇ 5861 ਰੁਪਏ ਕੁਇੰਟਲ ਰਿਹਾ। ਕੋਟਕਪੂਰਾ ਮੰਡੀ ਦੇ ਵਿੱਚ ਬਾਸਮਤੀ 11-21 3500 ਰੁਪਏ ਤੋਂ ਲੈ ਕੇ 3970 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3600 ਰੁਪਏ ਤੋਂ ਲੈ ਕੇ 3870 ਰੁਪਏ ਕੁਇੰਟਲ ਰਿਹਾ। ਮੁੱਛਲ 1401 3550 ਰੁਪਏ ਤੋਂ ਲੈ ਕੇ 3700 ਰੁਪਏ ਕੁਇੰਟਲ ਵਿਕਿਆ। ਐਲਨਾਬਾਦ ਮੰਡੀ ਦੇ ਵਿੱਚ ਨਰਮਾ 9000 ਰੁਪਏ ਤੋਂ ਲੈ ਕੇ 9855 ਰੁਪਏ ਕੁਇੰਟਲ ਵਿਕਿਆ, ਅਤੇ ਕਪਾਹ ਦਾ ਰੇਟ 7800 ਰੁਪਏ ਤੋਂ ਲੈ ਕੇ 8000 ਰੁਪਏ ਕੁਇੰਟਲ ਰਿਹਾ। ਰਾਪਸਰ ਮੰਡੀ ਦੇ ਵਿੱਚ ਨਰਮਾ 10225 ਰੁਪਏ ਕੁਇੰਟਲ ਵਿਕਿਆ, ਅਤੇ ਕਪਾਹ ਦਾ ਰੇਟ 7900 ਰੁਪਏ ਕੁਇੰਟਲ ਰਿਹਾ। ਟਹਾਣਾ ਮੰਡੀ ਦੇ ਵਿੱਚ ਬਾਸਮਤੀ 11-21 3800 ਰੁਪਏ ਤੋਂ ਲੈ ਕੇ 4025 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3500 ਰੁਪਏ ਤੋਂ ਲੈ ਕੇ 3980 ਰੁਪਏ ਕੁਇੰਟਲ ਰਿਹਾ। ਮੁੱਛਲ 1401 3400 ਰੁਪਏ ਤੋਂ ਲੈ ਕੇ 3800 ਰੁਪਏ ਕੁਇੰਟਲ ਵਿਕਿਆ। ਬਰਵਾਲਾ ਮੰਡੀ ਦੇ ਵਿੱਚ ਨਰਮਾ 9653 ਰੁਪਏ ਕੁਇੰਟਲ ਵਿਕਿਆ, ਅਤੇ ਕਪਾਹ ਦਾ ਰੇਟ 7700 ਰੁਪਏ ਤੋਂ ਲੈ ਕੇ 7721 ਰੁਪਏ ਕੁਇੰਟਲ ਰਿਹਾ। ਕੇਸਰੀ ਸਿੰਘ ਮੰਡੀ ਦੇ ਵਿੱਚ ਨਰਮਾ 9600 ਰੁਪਏ ਤੋਂ ਲੈ ਕੇ 10370 ਰੁਪਏ ਕੁਇੰਟਲ ਵਿਕਿਆ, ਅਤੇ ਕਰਨਪੁਰ ਮੰਡੀ ਦੇ ਵਿੱਚ ਨਰਮੇ ਦਾ ਰੇਟ 10500 ਰੁਪਏ ਕੁਇੰਟਲ ਰਿਹਾ। ਹਰਿਆਣੇ ਦੀ ਸਿਰਸਾ ਮੰਡੀ ਦੇ ਵਿੱਚ ਨਰਮਾ 7000 ਰੁਪਏ ਤੋਂ ਲੈ ਕੇ 9931 ਰੁਪਏ ਕੁਇੰਟਲ ਵਿਕਿਆ, ਅਤੇ ਬਾਸਮਤੀ 11-21 ਦਾ ਰੇਟ 3300 ਰੁਪਏ ਤੋਂ ਲੈ ਕੇ 3725 ਰੁਪਏ ਕੁਇੰਟਲ ਰਿਹਾ। ਮੁੱਛਲ 1401 3400 ਰੁਪਏ ਤੋਂ ਲੈ ਕੇ 3840 ਰੁਪਏ ਕੁਇੰਟਲ ਵਿਕਿਆ। ਨਰਵਾਣਾ ਮੰਡੀ ਦੇ ਵਿੱਚ ਬਾਸਮਤੀ 11-25 3600 ਰੁਪਏ ਤੋਂ ਲੈ ਕੇ 4010 ਰੁਪਏ ਕੁਇੰਟਲ ਵਿਕਿਆ, ਅਤੇ ਨਰਮੇ ਦਾ ਰੇਟ 9700 ਰੁਪਏ ਤੋਂ ਲੈ ਕੇ 9480 ਰੁਪਏ ਕੁਇੰਟਲ ਰਿਹਾ। ਅੰਮ੍ਰਿਤਸਰ ਸਾਹਿਬ ਮੰਡੀ ਦੇ ਵਿੱਚ ਬਾਸਮਤੀ 11-21 3700 ਰੁਪਏ ਤੋਂ ਲੈ ਕੇ 4141 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3600 ਰੁਪਏ ਤੋਂ ਲੈ ਕੇ 4900 ਰੁਪਏ ਕੁਇੰਟਲ ਰਿਹਾ। ਭੱਠੂ ਮੰਡੀ ਦੇ ਵਿੱਚ ਨਰਮਾ 9478 ਰੁਪਏ ਕੁਇੰਟਲ ਵਿਕਿਆ, ਅਤੇ ਪੂਨਾ ਮੰਡੀ ਦੇ ਵਿੱਚ ਨਰਮੇ ਦਾ ਰੇਟ 8700 ਰੁਪਏ ਕੁਇੰਟਲ ਰਿਹਾ। ਸੋਨੀਪਤ ਮੰਡੀ ਦੇ ਵਿੱਚ ਬਾਸਮਤੀ 11-21 3650 ਰੁਪਏ ਤੋਂ ਲੈ ਕੇ 4097 ਰੁਪਏ ਕੁਇੰਟਲ ਵਿਕਿਆ, ਅਤੇ 17-18 ਦਾ ਰੇਟ 3500 ਰੁਪਏ ਤੋਂ ਲੈ ਕੇ 3850 ਰੁਪਏ ਕੁਇੰਟਲ ਰਿਹਾ। ਪੀੜੀ ਬੰਗਾ ਮੰਡੀ ਦੇ ਵਿੱਚ ਨਰਮਾ 10200 ਰੁਪਏ ਕੁਇੰਟਲ ਵਿਕਿਆ, ਅਤੇ ਸ਼ਿਵਾਨੀ ਮੰਡੀ ਦੇ ਵਿੱਚ ਨਰਮੇ ਦਾ ਰੇਟ 9200 ਰੁਪਏ ਕੁਇੰਟਲ ਰਿਹਾ। ਗੰਗਾਨਗਰ ਮੰਡੀ ਦੇ ਵਿੱਚ ਨਰਮਾ 10375 ਰੁਪਏ ਕੁਇੰਟਲ ਵਿਕਿਆ, ਅਤੇ ਰੈਸਿੰਘ ਨਗਰ ਮੰਡੀ ਦੇ ਵਿੱਚ ਨਰਮੇ ਦਾ ਰੇਟ 10332 ਰੁਪਏ ਕੁਇੰਟਲ ਰਿਹਾ। ਪੀਲੂ ਖੇੜਾ ਮੰਡੀ ਦੇ ਵਿੱਚ ਬਾਸਮਤੀ 11-21 4121 ਰੁਪਏ ਕੁਇੰਟਲ ਵਿਕਿਆ, ਅਤੇ ਬਾਸਮਤੀ 30 ਨੰਬਰ ਦਾ ਰੇਟ 3554 ਰੁਪਏ ਕੁਇੰਟਲ ਰਿਹਾ। ਸੋ ਕਿਸਾਨ ਵੀਰੋ, ਇਹ ਸੀ ਵੱਖ ਵੱਖ ਮੰਡੀਆਂ ਦੇ ਵਿੱਚ ਨਰਮਾ ਕਪਾਹ ਅਤੇ ਬਾਸਮਤੀ ਦੇ ਨਵੇਂ ਰੇਟ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਫਿਰ ਹਾਜ਼ਰ ਹੋਵਾਂਗੇ ਮੰਡੀਆਂ ਦੇ ਨਵੇਂ ਰੇਟ ਲੈ ਕੇ। ਧੰਨਵਾਦ।